ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀ ਅੱਜ ਅਸੀਂ ਪਹੁੰਚੇ ਹਾਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ। ਮੈਂ ਨਾ ਇੱਥੋਂ ਦਾ ਲਾਇਆ ਇੱਕ ਮੋਟਾ ਜਿਹਾ ਹਿਸਾਬ ਵੀ ਜਿੰਨੀਆਂ ਖੁੱਲੀਆਂ ਇੱਧਰ ਜ਼ਮੀਨਾਂ ਤੇ ਦਿਲ ਉਦੋਂ ਵੀ ਵੱਡੇ ਤੇ ਸ਼ੌਂਕ ਲਾਜਵਾਬ। ਸਾਡੇ ਨਾਲ ਨੇ ਬਾਈ ਜੀ ਜਗਨੰਦਨ ਸਿੰਘ ਜੀ ਤੇ ਬਾਈ ਗੁਰਪ੍ਰੀਤ ਸਿੰਘ ਜੀ, ਕਹਿ ਲਓ ਕਿ ਫਾਦਰ ਸਾਹਿਬ ਨੇ ਇਹਨਾਂ ਦੇ ਤੇ ਪੁੱਤਰ। ਤੇ ਕਬੂਤਰ ਤੁਸੀਂ ਦੇਖ ਲਏ ਵੀ ਕਮਾਲ ਦੇ ਨੇ ਇਹਨਾਂ ਕੋਲੇ, ਤੇ ਕੁੱਤਿਆਂ ਦੇ ਸ਼ੌਂਕੀ ਵੀ ਨੇ ਤੇ ਕਬੂਤਰਾਂ ਦੀ ਵੀ ਨੇ ਤੇ ਹੋਰ ਵੀ ਬਹੁਤ ਸਾਰੇ ਪੰਛੀ ਰੱਖੇ ਹੋਏ ਆ। ਬਾਈ ਜੀ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ, ਤੇ ਸਾਨੂੰ ਖੁਸ਼ੀ ਹੋਈ ਇਸ ਗੱਲ ਦੀ ਹੈ ਨਾ ਵੀ ਤੁਸੀਂ ਪੰਛੀਆਂ ਪਰਿੰਦਿਆਂ ਨੂੰ ਵੀ ਇੰਨਾ ਪਿਆਰ ਕਰਦੇ ਹੋ। ਇਹ ਤੁਹਾਡਾ ਅਗਰ ਜਦ ਵੀ ਉਤਰਿਆ ਹੁੰਦਾ ਵੀ ਜਿਹੜਾ ਸ਼ੌਂਕ ਦਾ ਕੰਮ ਜਾਂ ਕਿਤੋਂ ਖਾਸ ਰੁਚੀ ਲੱਗੀ ਤੁਹਾਨੂੰ ਇਹ ਕਿਤੋਂ ਮਿਲੀ? ਇਹ ਸਾਡੇ ਚਲੋ ਜਿਵੇਂ ਤੁਸੀਂ ਏਰੀਏ ਦੀ ਗੱਲ ਕੀਤੀ ਹੈ, ਅਸੀਂ ਇੱਧਰ ਜ਼ਿਆਦਾ ਜਿਵੇਂ ਚੱਪਰ ਪੁਰਾਣੇ ਪੋਕੜ ਰੱਖਦੇ ਸੀ ਜੀ, ਇਵੇਂ ਮਤਲਬ ਕਿ ਰੀਤ ਚੱਲੀ ਆ ਰਹੀ ਹੈ ਉਵੇਂ ਰੀਤ ਸਾਂਭੀ। ਮਤਲਬ ਇੱਧਰਲਾ ਸ਼ਕੀਨਾ ਦਾ ਏਰੀਆ ਰਿਹਾ ਮੁੱਢੋ ਹੀ, ਹੈ ਨਾ, ਸ਼ਿਕਾਰੀ ਕਿਸਮ ਦੇ ਬੰਦੇ ਇੱਧਰ ਜ਼ਿਆਦਾ ਰਹੇ ਆ ਜੀ। ਬਾਈ ਜੀ ਜਿਵੇਂ ਤੁਹਾਡੇ ਹੈ ਨਾ, ਮੈਂ ਦੇਖਿਆ ਵੀ ਕਬੂਤਰ ਲਾਜਵਾਬ ਨੇ, ਇਹ ਸ਼ੌਂਕ ਤੁਹਾਨੂੰ ਮਤਲਬ ਕਿਵੇਂ ਪਿਆ? ਕਈ ਵਾਰੀ ਹੁੰਦਾ ਵੀ ਪੁੱਤ ਪਿਓ ਨੂੰ ਹੁੰਦਾ ਤੇ ਪੁੱਤ ਨੂੰ ਹੁੰਦਾ ਨਹੀਂ, ਹੈ ਨਾ, ਆਸ ਵਿੱਚ ਕਹਿੰਦੇ ਆ ਲੜਾਈ ਝਗੜਾ ਵੀ ਹੋ ਜਾਂਦਾ ਯਾਰ ਆਹ ਕਿਹੜੇ ਕੰਮਾਂ 'ਚ ਪਿਆ, ਤੇ ਤੁਹਾਡੀ ਇਕੱਠੀ ਜੋੜੀ ਹੈ ਨਾ, ਤੇ ਲੋਕਾਂ ਨੇ ਫਿਰ ਕਿਹਾ ਨਹੀਂ ਕਦੇ ਯਾਰ ਆਹ ਤੁਸੀਂ ਪਿਓ ਪੱਤੀ ਇਸੇ ਕੰਮ ਨੂੰ ਹੋ ਗਏ ਆ? ਚਲੋ ਪਾਪਾ ਜੀ ਨੂੰ ਬਚਪਨ ਤੋਂ ਸ਼ੌਂਕ ਸੀ ਜੀ, ਜਦੋਂ ਕਦੇ ਘਰੇ ਕਬੂਤਰ ਸੀ ਉਦੋਂ ਮੈਨੂੰ ਵੀ ਪੈ ਗਿਆ ਜੀ। ਤੇ ਚਲੋ ਜੇ ਲੋਕਾਂ ਦਾ ਵੇਖੀਏ ਤਾਂ ਲੋਕ, ਜੇ ਲੋਕਾਂ ਦੀਆਂ ਗੱਲਾਂ ਸੁਣੀਏ ਤਾਂ ਆਪਾਂ ਕੋਈ ਸ਼ੌਂਕ ਪੂਰਾ ਕਰ ਹੀ ਨਹੀਂ ਸਕਦੇ। ਬਿਲਕੁਲ ਸਹੀ ਗੱਲ ਹੈ ਜੀ, ਜੋ ਆਪਦੀ ਲਾਈਨ ਫੜੀ ਉਹ ਤੇ ਚੱਲੋ ਜੀ ਜੀ, ਉਹ ਵਧੀਆ ਹੀ ਹੈ, ਜੇ ਤੁਹਾਨੂੰ ਦਿਲ ਨੂੰ ਚੰਗਾ ਲੱਗਦਾ ਉਹ ਕੰਮ ਕਰੋ। ਬਾਬਾ ਜੀ ਫਿਰ ਕਬੂਤਰਬਾਜ਼ੀ ਦੇ ਵਿੱਚ ਲਾਜ਼ਮੀ ਤੁਸੀਂ ਬਾਜ਼ੀਆਂ ਛੱਡਦੇ ਹੋਵੋਗੇ, ਜਿਸ ਹਿਸਾਬ ਦੇ ਤੁਹਾਡੇ ਕੋਲ ਟੌਪ ਕਲਾਸ ਕਬੂਤਰ ਨੇ, ਹੈ ਨਾ, ਬਾਜ਼ੀਆਂ ਤੇ ਕਿੰਨੀਆਂ ਕੁ ਜਿੱਤੀਆਂ ਮਤਲਬ ਹੁਣ ਤੱਕ? ਇੱਥੇ 10 ਕੁ ਬਾਜ਼ੀਆਂ ਛੱਡੀਆਂ ਸੀ। ਅੱਛਾ, ਲੋਕਡਾਊਨ ਲੱਗੇ 5 ਕੁ ਜਿੱਤਰੀਆਂ, 5 ਖੜ ਗਏ। 50% ਤੁਸੀਂ ਜਿੱਤ ਲਈਆਂ ਹਜੇ 5 ਕੀ ਦੱਸ ਦੇ ਅਰਸ਼ਕੋ, ਦੇਖੋ ਵੀ 10 ਛੱਡੀਆਂ ਸੀ ਹਜੇ ਬਾਬਾ ਜੀ, ਹੁਣੀ 5 ਕੀ ਦੱਸਦੇ ਵੀ 5 ਕੀ ਜਿੱਤੀਆਂ। ਅਤੇ ਕਈ ਬੰਦੇ ਮੈਂ ਕਹਿੰਦਾ ਪੂਰੇ ਸੀਜ਼ਨ ਦੇ ਵਿੱਚ ਇੱਕ ਅੱਧੀ ਮਸਾਂ ਕੋਈ ਨੰਬਰ ਮਾੜਾ ਮੋਟਾ ਆ ਜਾਏ ਨਾ, ਅਤੇ ਕਹਿ ਲਓ ਕਿ ਸਾਰੀਆਂ ਰਿਸ਼ਤੇਦਾਰੀ ਜੇ ਫੋਨ ਕਰ ਦੱਸਦੇ ਥੱਕਦੇ ਨਹੀਂ ਹੁੰਦੇ, ਹੈ ਨਾ, ਵੀ ਫਲਾਣੇ ਤੋਂ ਭਾਈ ਆਪਾਂ ਜਿੱਤਿਆ ਏ। ਅਤੇ ਫਿਰ ਇਹਦੇ ਵਿੱਚ ਹੁਣ ਕਬੂਤਰਬਾਜ਼ੀ ਦੇ ਵਿੱਚ ਪੁਰਾਣਾ ਸਮਾਂ ਵੀ ਤੁਸੀਂ ਦੇਖਿਆ, ਹਾਂ ਬਹੁਤ ਚੱਲਦਾ, ਹਾਂ, ਅਤੇ ਨਵਾਂ ਸਮਾਂ ਜੀ, ਅਤੇ ਦੌਰ ਦੇ ਵਿੱਚ ਕਬੂਤਰਾਂ ਦੇ ਅੰਤਰ ਕੀ ਆਇਆ ਬਾਜ਼ੀਆਂ ਛੱਡਣ ਦੇ ਤੌਰ ਤਰੀਕਿਆਂ 'ਚ? ਅਸਲ 'ਚ ਪਹਿਲਾਂ ਜਿਹੜੀਆਂ ਬਾਜ਼ੀਆਂ ਸੀ ਜੀ, ਉਹ ਜੀ ਮੁੱਢ ਥੋੜ੍ਹਾ ਹੁੰਦਾ ਸੀ ਜੀ, ਲੋਕਾਂ 'ਚ ਮੁਹੱਬਤ ਜ਼ਿਆਦਾ ਸੀ ਜੀ, ਹੁਣ ਬਾਜ਼ੀ ਛੱਡਦੇ ਸੀਗੇ ਲੋਕਾਂ ਨੂੰ ਬਾਜ਼ੀ ਛੱਡਣ ਤੋਂ ਮਿਲਣ ਦੀ ਤੈਅ ਜ਼ਿਆਦਾ ਸੀਗੀ ਵੀ ਉੱਥੇ ਬੰਦਿਆਂ ਨੂੰ ਮਿਲਾਂਗੇ, ਫਲਾਣੇ ਏਰੀਏ ਦੇ ਆਉਣਗੇ, ਆਉਣਗੇ ਜਾਂ ਉਹ ਭਰਾ ਚਾਰ ਇਕੱਠੇ ਹੁੰਦੇ ਸੀ ਜੀ, ਅਤੇ ਹੁਣ ਉਹ ਚੀਜ਼ ਘੱਟ ਗਈ, ਹੁਣ ਥੋੜ੍ਹਾ ਜਿਹਾ ਪੈਸਾ ਮੁੱਖ ਹੋ ਗਿਆ, ਹੁਣ ਇਨਾਮ ਵੱਡੇ ਹੋ ਗਏ, ਇਨਾਮ ਵੱਡੇ ਹੋ ਗਏ, ਹੁਣ ਤਾਂ ਉਸ ਪਾਸੇ ਜ਼ਿਆਦਾ ਲੋਕ ਚੱਲ ਗਏ, ਇਨਾਮ ਵੀ ਵੱਡੇ ਹੋ ਗਏ। ਇੱਕ ਪਹਿਲਾਂ ਜਾਂ ਪੁਰਾਣੇ ਹੁੰਦੇ ਸੀ ਕਿ ਸਾਡੇ ਢਾੜ ਹੁੰਦਾ ਸੀਗਾ, ਪਾਣੀ ਪੂਣੀ ਤਾਂ ਹੁੰਦਾ ਹੀ ਨਹੀਂ ਸੀ, ਬਿਲਕੁਲ ਬਰਾਨੀ ਬੀਜਦੇ ਸੀਗੇ ਜੀ, ਬੀਜ ਕੇ ਕੁੱਕੜਾਂ ਕਬੂਤਰਾਂ ਦੇ ਸੀਗੇ, ਉਹ ਤਾਂ ਵੀ ਕੁੱਕੜ ਸਿਆਲ 'ਚ ਕੁੱਕੜ ਲਾ ਲਏ, ਗਰਮੀ 'ਚ ਕਬੂਤਰ ਚੱਲ ਲਏ। ਅੱਛਾ, ਸਿਆਲਾਂ 'ਚ ਕੁੱਕੜ ਅਤੇ ਗਰਮੀਆਂ 'ਚ ਕਬੂਤਰ, ਅਤੇ ਮੈਂ ਨਾ ਅੱਗੇ ਇੱਕ ਸਵਾਲ ਬਾਈ ਗੁਲਜ਼ਾਰ ਹੁਣਾਂ ਨੂੰ ਵੀ ਕੀਤਾ ਸੀ, ਜਿਹੜੇ ਕਬੂਤਰਾਂ ਵਾਲੇ ਬੰਦੇ ਤਾਂ ਡਬਈ ਡਬੂਈ 'ਚ ਚਾਹੀਦੇ ਸੀ ਜਿੱਥੇ ਚੱਤੋ ਪਰ ਗਰਮੀ ਹੁੰਦੀ ਆ, ਹੈ ਨਾ, ਸਾਰਾ ਸਾਲ ਬਾਜ਼ੀਆਂ ਹੀ ਚੱਲਣ, ਅਤੇ ਤੁਹਾਨੂੰ ਲੱਗਦਾ ਨਹੀਂ ਵੀ ਗਰਮੀਆਂ ਛੇਤੀ ਮੁੱਕ ਜਾਂਦੀਆਂ ਤੁਹਾਡੇ ਲਈ? ਕਬੂਤਰਾਂ ਦਾ ਠੰਡ ਭਾਲਦਾ ਹੀ ਨਹੀਂ, ਹਾਂ, ਕਬੂਤਰਾਂ ਦਾ ਲੱਗੀ ਹੈ ਤੁਰੀ ਆ। ਅੱਛਾ, ਵੀ 40 ਦਾ ਟੈਂਪਰੇ ਅਕਸਰ ਬਈ, ਚਲੋ ਗਰਮੀ 'ਚ ਜਦੋਂ ਬਾਜ਼ੀਆਂ ਹੁੰਦੀਆਂ ਫਿਰ ਇਹਨਾਂ ਦੀ ਗਰੋਥ ਵੀ ਕਰਾਉਣੀ, ਆਪਾਂ ਬੱਚੇ ਵੀ ਕਢਾਉਣੇ ਆ ਜੀ, ਉਹਦੇ ਵਾਸਤੇ ਮੌਸਮ ਜਿਹੜਾ ਉਹ ਜ਼ਰੂਰੀ ਹੈ, ਚੇਂਜ ਹੁੰਦਾ, ਚੇਂਜ ਜ਼ਰੂਰੀ ਹੈ। ਚਲੋ ਵੈਸੇ ਆਪਾਂ ਪੰਜਾਬ ਦਾ ਜਿਹੜਾ ਵੈਦਰ ਹੈ ਜੀ, ਉਹ ਸਾਰੀਆਂ ਸਟੇਟਾਂ ਨੂੰ ਵੱਖਰਾ ਅਤੇ ਬਹੁਤ ਵਧੀਆ ਵੈਦਰ ਹੈ, ਜਿੱਥੇ ਪੂਰੀ ਠੰਡ ਵੱਧ, ਸਭ ਤੋਂ ਵੱਧ ਗਰਮੀ ਜੀ, ਅਤੇ ਕਹਿਣਗੇ ਵੀ ਆਪਣੀ ਬੋਡੀਜ਼ ਵਾਸਤੇ ਵੀ ਇਹ ਬਹੁਤ ਵਧੀਆ ਟੈਂਪਰੇਚਰ। ਅਤੇ ਇੱਕ ਹੋਰ ਵੀ ਤੁਹਾਡੇ ਕੋਲ ਮੈਂ ਸੁਣਦਾ ਹੁੰਦਾ ਕਬੂਤਰ ਫਲਾਣੇ ਪੁੰਨੂ ਵਾਲੇ ਆ, ਉਸ ਤੱਕ ਕਈਆਂ ਨੇ ਰੱਖੇ, ਉਹ ਨਾ ਚੱਲਦਾ ਉਹਨਾਂ ਦਾ, ਹੈ ਨਾ, ਕਿਸੇ ਨੇ ਰੱਖੇ ਘੱਟ ਹੋਣਗੇ ਨਾ ਵਾਲਾ ਵਰਤਦੇ ਆ, ਤੁਹਾਡੇ ਕੋਲ ਉਸ ਹਿਸਾਬ ਦੇ ਕਿਹੜੀਆਂ ਕਿਹੜੀਆਂ ਨਸਲਾਂ ਦੇ ਕਬੂਤਰ ਨੇ ਆ ਜਾਂਦੇ ਆ ਜਿਹੜੇ ਨਾਮ ਚੱਲਦਾ ਆਮ ਮਾਰਕੀਟ ਦੇ ਵਿੱਚ ਕਹਿ ਲੈ ਸਕਦੇ ਜਾਂ ਆਮ ਬਾਜ਼ੀ ਕਰਾਂ ਕਬੂਤਰ ਬਾਜ਼ਾਂ ਦੇ ਵਿੱਚ? ਸਾਡੇ ਕੋਲ ਜੀ ਬਾਬਾ ਰੋਲਦੂ ਹੁੰਦਾ ਸੀਗਾ ਜੀ, ਰੋਲਦੂ ਜੀ, ਸਾਡੇ ਠਾੜ ਦੇ ਬਜ਼ੁਰਗ ਸੀਗੇ, ਉਹਨਾਂ ਦੀ ਡੈਥ ਹੋ ਚੁੱਕੀ ਆ ਜੀ, ਅਤੇ ਉਹਨਾਂ ਦੀ ਬੀੜ ਇੱਕ ਕਾਕਾ ਨਵਾਂ ਕਿਲਾ ਸੀ, ਉਹਨਾਂ ਤੋਂ ਅਸੀਂ ਕਬੂਤਰ ਲਿਆ ਦੇ ਜਾਂ ਬਾਬੇ ਟਹਿਲੇ ਤੋਂ ਕਬੂਤਰ ਆਏ ਜੀ ਜੀ, ਬਸ ਸਾਰੇ ਆਪਦੇ ਬਣਾ ਲਏ, ਸਾਰੀ ਆਪਦੀ ਕਰਕੇ, ਮਤਲਬ 3 ਕੁ ਬਰੀਡਾਂ ਤੋਂ ਤਿਆਰ ਕਰ ਲਏ ਸਾਰੇ ਜੀ, ਸਾਰੇ 3-4 ਬਰੀਡਾਂ ਤੋਂ, ਜਿਹੜੇ ਇੰਨੇ ਦਰਸ਼ਕੋ ਇੱਥੇ ਨਾ ਖੁੱਡੇ ਭਰੇ ਪਏ ਆ, ਨੱਕੋ ਨੱਕ ਹੋਏ ਪਏ ਆ, ਅਤੇ ਕਬੂਤਰ ਵੀ ਪੂਰੇ ਸਾਂਭ ਕੇ ਰੱਖੇ, ਤੁਸੀਂ ਦੇਖੋ ਵੀ ਖੁੱਡੇ 'ਚ ਤੁਸੀਂ ਦੇਖ ਰਹੇ ਹੋ ਸਫਾਈ ਦਾ ਪੂਰਾ ਪ੍ਰਬੰਧ ਆ, ਇਹ ਨਹੀਂ ਗਾ ਵੀ ਜੇ ਕਬੂਤਰ ਇਕੱਲੇ ਇਕੱਠੇ ਹੀ ਕੀਤੇ ਆ ਸਾਂਭੇ ਨਹੀਂ, ਅਤੇ ਇੰਨਾ ਫਿਰ ਬਾਈ ਮੇਨਟੇਨ ਕਿਵੇਂ ਕਰਦੇ ਹੋ ਸਾਰਾ ਕੁਝ? ਤੁਸੀਂ ਤੁਹਾਡੇ ਆਪਦੇ ਨਿੱਜੀ ਕੰਮ ਵੀ ਹੁੰਦੇ ਹੋਣਗੇ, ਅਤੇ ਉਦੋਂ ਬਾਅਦ 'ਚ ਸ਼ੌਕੀਨਾ ਤੌਰ 'ਤੇ ਇਹਨਾਂ ਦੀ ਦੇਖਭਾਲ? ਚਲੋ ਬਾਈ ਜੀ, ਐਂ ਹੁੰਦਾ ਕਬੀਲਦਾਰੀ ਦੇ ਜਿਵੇਂ ਵੀ ਹੁੰਦੇ ਹੋਰ ਬਥੇਰੇ ਕੰਮ ਹੁੰਦੇ, ਇੱਕ ਆਪਾਂ ਬੰਦਾ ਹਾਇਰ ਕੀਤਾ ਹੋਵੇ, ਮੁੰਡਾ ਰੱਖਿਆ ਉਹ ਸਪੈਸ਼ਲ ਸਿਰਫ ਕਬੂਤਰ ਅਤੇ ਕੁੱਤਿਆਂ ਨੂੰ ਰੋਟੀ ਪਾਉਂਦੇ, ਹੋਰ ਕੁਝ ਨਹੀਂ ਕਰਨਾ, ਬਸ ਕਬੂਤਰਾਂ ਇਹਨਾਂ ਦੀ ਸੇਵਾ ਸੰਭਾਲਤੀ ਆ, ਠੀਕ ਆ, ਅਤੇ ਸਾਲ ਦਾ 70,000
ਕਿੰਨਾ ਲੈਂਦਾ ਸਾਲ ਦਾ? 70,000 ਦੇਖੋ ਬਈ, ਇਹ ਸ਼ੌਂਕ ਨਾ ਸੌਖੇ ਨਹੀਂ ਗੇ ਰੱਖਣੇ। ਅਤੇ ਇੱਕ ਗੱਲ ਹੋਰ ਬਾਈ, ਜਿਵੇਂ ਕੁਛ ਸ਼ਗਿਰਦ ਵੀ ਹੁੰਦੇ ਆ, ਹੈ ਨਾ, ਵੀ ਮੈਂ ਫਲਾਣੇ ਦਾ ਸ਼ਗਿਰਦ ਹਾਂ ਜਾਂ ਫਲਾਣੇ ਦਾ, ਕਿ ਤੁਸੀਂ ਵੀ ਸ਼ਗਿਰਦ ਇਸ ਕਿਸਮ ਦੇ ਰੱਖੇ ਆ ਜਾਂ ਕਿਵੇਂ? ਆਪਣੇ ਸ਼ਗਿਰਦ ਹੀ ਆ ਸਾਰੇ ਕੁਛ ਤੁਹਾਡੇ ਨਾਲ। ਜੀ ਜੀ, ਸ਼ਗਿਰਦਾਂ 'ਚ ਫਰਕ ਪੈ ਗਿਆ ਜੀ। ਕਿਵੇਂ? ਉਹ ਅੱਗੇ ਜਦੋਂ 5-6 ਸਾਲ ਕਿਸੇ ਦੇ ਨਾਲ ਰਹਿੰਦਾ ਸੀਗਾ ਜੀ, ਉਸ ਤੋਂ ਬਾਅਦ ਉਹਨੂੰ ਸ਼ਗਿਰਦ ਬਣਾਉਂਦਾ ਹੁੰਦਾ ਸੀ। ਅੱਛਾ। ਅਤੇ ਹੁਣ ਥੋੜ੍ਹਾ ਜਿਹਾ ਉਹ ਦੂਜਾ ਚੱਲ ਪਿਆ, ਕੋਈ ਮਰਜ਼ੀ ਛਾਪ ਪਾ ਜੇ, ਕੋਈ ਮਰਜ਼ੀ ਹੁਣ ਛੋ ਥੋੜ੍ਹੇ ਚਿਰ 'ਚ ਹੀ ਬੰਦਾ ਸ਼ਗਿਰਦ ਤਿਆਰ ਕਰ ਲੈਂਦਾ। ਮਤਲਬ ਜੇ ਛਾਪ ਪਾ ਜੇ ਤਾਂ ਸਮਝ ਲਓ ਵੀ ਸ਼ਗਿਰਦ ਪ੍ਰਵਾਨ। ਅਤੇ ਚਲੋ, ਵੈਸੇ ਜੇ ਸ਼ਗਿਰਦਾਂ ਵਾਲਾ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ, ਇਹ ਤਾਂ ਭਰਾਵਾਂ ਵਾਲਾ ਸਿਸਟਮ ਹੀ ਸਮਝਦੇ ਹਰ। ਜੀ ਜੀ, ਜੋ ਆਪਣੇ ਨੇੜੇ ਆ, ਮਤਲਬ ਕਿ ਉਹ ਦੂਜਾ ਭਰਾ ਹੀ ਆ ਆਪਣਾ ਜੀ, ਅਤੇ ਕਈ ਵਾਰ ਜੇ ਸ਼ਗਿਰਦ ਵਾਲੀ ਕੋਈ ਗੱਲ ਨਹੀਂ। ਦੇਖੋ ਦਰਸ਼ਕੋ, ਨਾ ਸ਼ਗਿਰਦ ਵਾਲੀ ਪਰੰਪਰਾ ਬਹੁਤ ਪੁਰਾਣੀ ਆ। ਮੈਂ ਨਾ ਜਿਸ ਹਿਸਾਬ 'ਤੇ ਸੁਣਦਾ ਹੁੰਦਾ ਸੀ, ਕਿਉਂਕਿ ਗਾਉਣ ਵਾਲਿਆਂ ਸਾਹਿਬ ਨਾਲ ਮੇਰਾ ਥੋੜ੍ਹਾ ਟੱਚ ਜਿਹਾ ਉਸ ਤਰੀਕੇ ਦਾ, ਕਹਿੰਦੇ ਵੀ ਕਈ ਕਈ ਮਹੀਨੇ ਭਾਂਡੇ ਹੀ ਮਜਾਈ ਜਾਂਦੇ ਹੁੰਦੇ ਸੀ ਇਸ ਕਿਸਮ ਦਾ ਵੀ ਰਿਹਾ, ਅਤੇ ਹੁਣ ਉਹਦੇ ਵਿੱਚ ਚੇਂਜ ਆ ਗਿਆ ਵੀ ਹੁਣ ਕਹਿ ਲਓ ਕਿ ਪੈਸੇ ਤੌਰ 'ਤੇ ਸਿੱਧਾ ਤੋਹਫਾ ਸਨਮਾਨਿਤ ਕਰ ਦਿਓ ਅਤੇ ਸ਼ਗਿਰਦ ਬਣ ਜਾਂਦੇ ਆ। ਬਿਲਕੁਲ। ਅਤੇ ਉਹ ਫਿਰ ਸ਼ਿੱਦਤ ਫਿਰ ਇਹਨਾਂ ਕੋਲ ਵੀ ਉਹ ਸਾਰੇ ਨੁਕਤੇ ਦਾਪ ਵਿੱਚ ਦੱਸੀ ਜਾਂਦੇ ਉਹਨਾਂ ਨੂੰ ਵੀ? ਨਹੀਂ ਜੀ, ਸਾਡੇ ਕੋਲ ਜ਼ਿਆਦਾ ਆਉਂਦੇ ਹੀ ਨਹੀਂ ਜੀ ਉਹ। ਅੱਛਾ। ਛਾਪਾ ਛੱਲੇ ਵਾਲੇ ਸਾਡੇ ਕੋਲ, ਤੁਹਾਡੇ ਕੋਲ ਨਹੀਂ ਆਉਂਦੇ? ਹਾਂ, ਥੋੜ੍ਹੇ ਚੱਲ ਜਿਹੜੇ 4 ਭਰਾ ਅਤੇ ਨਾ ਹੀ ਕੋਈ ਬਾਹਲੇ ਆਪਾਂ ਚੇਲੇ ਬਣਾਏ। ਠੀਕ ਆ। ਜਿਹੜੇ 5 ਭਰਾ ਇਹੀ ਇਕੱਠੇ ਰਹਿ ਜਾਣ, ਬਹੁਤ ਆ। ਇਹ ਵੀ ਚੰਗੀ ਗੱਲ ਆ, ਹੈ ਨਾ। ਦੇਖੋ ਵੀ ਹੀਰੇ ਜ਼ਿਆਦਾ ਨਹੀਂ ਹੁੰਦੇ ਅਤੇ, ਹੈ ਨਾ, ਅਤੇ ਥੋੜ੍ਹੇ ਹੀ ਰਹਿ ਜਾਣ, ਅਤੇ ਉਹ ਵੀ ਚੰਗੀ ਗੱਲ ਆ। ਅਤੇ ਹੁਣ ਫਿਰ ਬਾਈ ਜੀ, ਕਹਿ ਲਓ ਕਿ ਨਾਮ ਜਿਹੜੇ ਰੱਖੇ ਜਾਂਦੇ ਆ ਬਾਜੀਆਂ ਦੇ ਉੱਤੇ, ਹਰੇਕ ਏਰੀਏ ਦਾ ਵੱਖੋ ਵੱਖਰਾ ਹਿਸਾਬ ਕਿਤਾਬ ਆ। ਆਪਾਂ ਮਾਲਵੇ 'ਚ ਆ ਜਾਂਦੇ ਹਾਂ, ਹੈ ਨਾ, ਮੇਰਾ ਜ਼ਿਲ੍ਹਾ ਮੋਗਾ, ਤੁਹਾਡਾ ਮੁਕਤਸਰ ਸਾਹਿਬ, ਅਤੇ ਏਰੀਏ ਦੇ ਵਾਈਜ਼ ਨਾਲ ਵੀ ਬਾਜੀਆਂ 'ਚ ਅੰਤਰ ਆ ਜਾਂਦਾ, ਫਰਕ ਪੈ ਜਾਂਦਾ ਕੋਈ? ਹਾਂਜੀ, ਸਾਡੇ ਥੋੜ੍ਹਾ ਟੈਂਪਰੇਚਰ ਆਲ ਪੰਜਾਬ ਨੂੰ ਜ਼ਿਆਦਾ ਹੀ ਹੈ ਜੀ ਇਸ ਏਰੀਏ ਦਾ। ਹਾਂ, ਇਸ ਏਰੀਆ ਮੁਕਤਸਰ ਸਾਹਿਬ ਏਰੀਏ ਜ਼ਿਆਦਾ, ਹੈ ਨਾ, ਜ਼ਿਆਦਾ ਫਰੀਦਕੋਟ ਠਾੜ ਰਹਿ ਜਾਂਦਾ ਸੀ ਪੁਰਾਣਾ ਜੀ। ਅਤੇ ਟੈਂਪਰੇਚਰ ਅੱਗੇ ਤਾਂ ਖੈਰ ਕਾਫੀ ਫਰਕ ਹੁੰਦਾ ਸੀ, ਹੁਣ ਝੋਨੇ ਲੱਗਣ ਲੱਗ ਗਏ ਜੀ, ਹੋ ਗਿਆ ਜੀ। ਅਤੇ ਅੱਗੇ ਨਹੀਂ ਤਾਂ ਜਿਹੜੀ ਪੁਰਾਣੀ ਗੱਲ ਕਰੀਏ ਤਾਂ ਆਪਾਂ 4 ਡਿਗਰੀ ਟੈਂਪਰੇਚਰ ਦਾ ਫਰਕ ਸੀ ਜੀ। ਹੁਣ ਜਿਵੇਂ ਤੁਸੀਂ ਲੁਧਿਆਣੇ ਕਿੰਨੀ ਚਲੇ ਜਾਈਏ ਆਪਾਂ ਜੀ, ਉੱਥੇ ਥੋੜ੍ਹੀ ਜਿਹੀ ਪੋਲਿਊਸ਼ਨ ਹੈ ਸਾਡੇ, ਮਤਲਬ ਕਿ ਕਬੂਤਰ ਰੋਡ ਦੇ ਤਾਂ ਉੱਧਰ ਵੀ ਹੈ ਜੀ, ਪਰ ਉਹ ਕਈ ਵਾਰੀ ਉੱਧਰ ਪੋਲਿਊਸ਼ਨ ਜ਼ਿਆਦਾ ਕਰਕੇ ਮਤਲਬ ਕਿ ਉਸ ਵੈਦਰ ਨੂੰ ਛੇਤੀ ਸੂਟ ਨਹੀਂ ਕਰਦੇ। ਅਤੇ ਬਾਬਾ ਜੀ, ਉੱਥੋਂ ਨਵੇਂ ਨਾ ਜਿਹੜੇ ਸਾਡੇ ਦਰਸ਼ਕ ਜੁੜੇ ਹੋਏ ਕਬੂਤਰਬਾਜ਼ ਉਹ ਦੇਖ ਰਹੇ ਹੋਣਗੇ, ਵੀ ਕਬੂਤਰਾਂ ਦੀ ਦੇਖਭਾਲ ਦੇ ਲਈ ਕੀ ਕਰਨਾ ਚਾਹੀਦਾ, ਕੋਈ ਤਜਰਬੇ ਦੇ ਵਿੱਚੋਂ ਕੋਈ ਖਾਸ ਸੁਝਾਅ ਦੇਣਾ ਚਾਹੁੰਦੇ ਹੋ, ਨੁਕਤਾ ਕੋਈ ਐਸਾ ਹੋਵੇ ਤੁਹਾਡੇ ਕੋਲ? ਨੁਕਤੇ ਤਾਂ ਸਾਰੇ ਹੁੰਦੇ ਆ ਜੀ। ਜੇ ਇੱਕ ਤਾਂ ਇਹਨਾਂ ਨੂੰ ਚੰਗੀ ਖੁਰਾਕ ਪਾਓ, ਆਪੇ ਹੀ ਗਲੋਬ ਬਣ ਜਾਂਦੀ ਇਹਨਾਂ ਦੀ। ਠੀਕ ਹੈ, ਚੰਗੀ ਖੁਰਾਕ ਜ਼ਰੂਰੀ ਆ। ਸਰੋਂ ਪਾਓ, ਛੋਲੇ ਪਾਓ, ਮੂੰਗੀ ਪਾਓ, ਕਣਕ ਪਾਓ ਜੀ, ਮੱਖੀ 'ਤੇ ਜਾ ਕੇ ਮਗਜ਼ ਪਾਓ ਇਹਨਾਂ ਨੂੰ ਜੀ। ਅਤੇ ਜਿਵੇਂ ਹੁਣ ਕਬੂਤਰ, ਮੰਨ ਲਓ ਕਈਆਂ ਦੇ ਸ਼ੌਂਕ ਮਨ ਦੇ ਵਿੱਚ ਉੱਠੇ ਵੀ ਯਾਰ ਅਸੀਂ ਵੀ ਰੱਖਣੇ ਆ, ਉਹ ਪਹਿਲਾਂ ਕਿਹੜਾ ਕੰਮ ਕਰਨ ਵੀ ਜਿਹਦੇ ਨਾਲ ਉਹ ਕਹਿ ਲਓ ਕਿ ਪਹਿਲੀ ਪੌੜੀ ਚੜ੍ਹਨ ਦੇ ਲਈ ਕਿਹੜੀ ਕੀ ਜ਼ਰੂਰੀ? ਪਹਿਲੀ ਪੌੜੀ ਤਾਂ ਹੌਲੀ ਹੌਲੀ ਦੂਜੇ ਤੰਬੇ 'ਤੇ ਜਾਈਦਾ ਜੀ। ਪਹਿਲੀ ਲਈ ਕੀ ਕਰਨ ਫਿਰ? ਪਹਿਲੀ ਤਾਂ ਅਜੇ ਪਹਿਲੇ ਬੰਦੇ ਨੂੰ ਕਬੂਤਰ ਫੜਨ ਦਾ ਨਹੀਂ ਪਤਾ, ਫੜਨਾ ਨਹੀਂ ਪਤਾ, ਬਿਲਕੁਲ ਸਹੀ ਗੱਲ, ਖੜੀ ਰੱਖਦੇ ਹਾਂ ਜੀ ਜੀ। ਠੀਕ ਆ, ਸੋ ਹੌਲੀ ਹੌਲੀ ਫਿਰ ਵੇਖ ਕੇ ਘਰੇ ਚੀਜ਼ ਆ ਜਾਂਦੀ, ਉਵੇਂ ਹੌਲੀ ਹੌਲੀ ਤਰੀਕਾ ਆ ਜਾਂਦਾ ਜੀ ਜੀ, ਹੈ ਨਾ, ਸਿਆਣੇ ਬੰਦਿਆਂ ਤੋਂ ਨੁਕਤੇ ਮਿਲਦੇ ਜਾਂਦੇ ਤਾਂ ਉਵੇਂ ਉਵੇਂ ਕੰਮ ਚੱਲਦਾ ਜਾਂਦਾ। ਸੋ ਬਾਈ ਜੀ, ਤੁਹਾਡਾ ਧੰਨਵਾਦ, ਹੈ ਨਾ, ਤੁਸੀਂ ਬਹੁਤ ਬੇਸ਼ਕੀਮਤੀ ਗੱਲਬਾਤ ਹੋਈ। ਹਾਂ, ਅਸੀਂ ਬੋਰ ਮੁੰਡਾ ਬਰੂਵਾਲ ਤੋਂ, ਬਰੂਵਾਲ ਤੋਂ, ਠੀਕ ਆ, ਇਹ ਵੀ ਇਕੱਠੇ ਕਬੂਤਰ ਆਉਂਦੇ ਨੇ ਹੁਣ, ਹੁਣ ਵੀ ਇਕੱਠੇ ਚੜ੍ਹਦੇ ਹੈ। ਅੱਛਾ, ਭਲਾ ਉੱਥੇ ਵੀ ਰੱਖੇ ਆ ਸਰਨਾ ਦੀ, ਫਿਰ ਵੀ ਇਕੱਠਿਆਂ ਨਹੀਂ? ਠੀਕ ਆ, ਨਹੀਂ ਬਹੁਤ ਚੰਗੀ ਗੱਲ ਆ ਨਾ ਬਾਈ ਜੀ, ਨਾਮ ਕੀ ਦੱਸਿਆ ਸੀ ਬਾਈ ਜੀ? ਬੋਰ ਵਧੀਆ। ਅਤੇ ਦੇਖੋ ਵੀ ਨਾ, ਘਰੇ ਤੁਸੀਂ ਦੇਖੋਗੇ ਟਰਾਫੀਆਂ ਦੇ ਢੇਰ ਲੱਗੇ ਪਏ ਨੇ, ਮੈਂ ਕਹਿੰਦਾ ਵੀ ਇੱਕ ਬੰਦਾ ਤਾਂ ਤੁਹਾਡਾ ਕਦੇ ਉਹਨੂੰ ਲੀਰ ਮਾਰਤੀ ਰੱਖਿਆ ਹੋਊਗਾ ਕਿ ਨਹੀਂ? ਅਸਲ ਚ ਨਾ, ਕਈ ਵਾਰੀ ਨਾ ਮਾਨ ਸਨਮਾਨ ਜਦੋਂ ਤੁਹਾਡਾ ਮਾੜਾ ਦੌਰ ਹੁੰਦਾ ਤਾਂ ਪੁਰਾਣੇ ਜਿੱਤੇ ਹੋਏ ਮਾਨ ਸਨਮਾਨ ਤੁਹਾਨੂੰ ਉਤਸ਼ਾਹਿਤ ਕਰਦੇ ਆ, ਹੈ ਨਾ, ਵੀ ਇਸ ਕਾਬਲੀਅਤ ਹੈ ਮੇਰੇ 'ਚ, ਦੁਬਾਰਾ ਫਿਰ ਉੱਠਣ ਦੀ ਕੋਸ਼ਿਸ਼ ਕਰਦਾ ਹੋਊਗਾ ਜੀ ਜੀ ਜੀ, ਉਹ ਮੋਟੀਵੇਟ ਕਰਦੀ ਆ ਮਾਨ ਸਨਮਾਨ। ਠੀਕ ਆ ਕਿ ਬਜ਼ਾਰੀ ਰੇਟ 'ਤੇ ਤੁਹਾਡੇ 500-700 ਦਾ ਹੋਊਗੀ ਟਰੋਫੀ, ਪਰ ਉਹ ਉਤਸ਼ਾਹਿਤ ਕਰਨ ਲਈ ਜ਼ਰੂਰੀ ਵੱਡੀ, ਹੈ ਨਾ, ਬੂਸਟ ਕਰਨ ਲਈ ਬਹੁਤ ਕੁਛ ਕਰਨਾ ਪੈਂਦਾ, ਟਰੋਫੀ ਦੀ ਕੀਮਤ ਬੜਾ ਥੋੜ੍ਹੀ ਹੋਵੇ ਜੀ ਜੀ, ਜਿੱਤਣ ਵਾਸਤੇ ਉਹਨੂੰ ਬਹੁਤ ਘਾਲਾਂ ਘਾਲੀਆਂ ਪੈਂਦੀਆਂ ਜੀ ਜੀ, ਬਿਲਕੁਲ ਜੀ। ਸੋ ਬਾਈ ਜੀ, ਤੁਹਾਡਾ ਧੰਨਵਾਦ ਸਾਰਿਆਂ ਦਾ, ਦਰਸ਼ਕੋ ਤੁਹਾਡਾ ਵੀ ਧੰਨਵਾਦ, ਅਗਲੀ ਵਾਰੀ ਫਿਰ ਕਿਸੇ ਨਵੀਂ ਗੱਲ